के वार्ड नंबर 69 के लोग इलाके की डेवलपमेंट न होने की वजह से काफी परेशान हैं, इसलिए वे काउंसलर के पास अपनी फरियाद लेकर जाते हैं। मगर काउंसलर का कहना है कि वे डेवलपमेंट के लिए मेयर से कई बार मिल चुके हैं, मगर कोई सुनवाई नहीं हो रही। काउंसलर का यह भी कहना है कि मेयर कांग्रेस पार्टी का है और वह एंटी पार्टी के काउंसलर हैं, इसकी वजह से मेयर द्वारा इलाके की डेवलपमेंट नहीं होने दी जा रही। आज तो इलाका काउंसलर के पति ने मेयर के चरणों में बैठकर फरियाद भी की। डेढ़ साल वार्ड नंबर रोहित सिक्का भी आया फाइल दो साल हो गए यार ना अफसर के खिलाफ मर्जी मैं बीजेपी की सीट तो जितया भारी बहुमत के नाल इतों परमात्मा ने आशीर्वाद दिता ये सानू धमकियां भी देंदे सीगे साल एक सारे भी जे तुसी धरना लाओगे तो तुहाडी कोई फाइल नहीं पास होगी तुहाडा 5 साल कोई काम नहीं होगा। मैं अज मेयर साहब नूं बेनती करके आया कि मेयर साहब नहीं करवाउणा काम कोई गल नहीं पर असीं लोगों की लड़ाई लड़ांगे लोगों ने साडे ते विश्वास करिया। हैबोवाल एक मिडल क्लास एरिया वा इत्थे दी जनता नाल वितकरा करिया जा रहा वैस्ट कॉन्स्टिट्यूएंसी की सारिया चंगिया भलिया सड़कां जाके देखो किचलू नगर BRS नगर गुरदेव इंकलेव मेरी 5 वारी पेमेंट दवाई हुई मेयर उन्हां नूं मेयर साहब तो ठेकेदार नूं उंदा हर वारी जवाब आउंदा जी मैनूं उधर मंत्री जी ने वार्ड दे इलाके दे विच लाउणा पै गया। ਇਹ ਤਕਰੀਬਨ 80 ਲੱਖ ਰੁਪਏ ਦਾ ਪ੍ਰੋਜੈਕਟ ਸੀਗਾ। ਮੈਂ ਇੱਕ ਵਾਰੀ 15 ਲੱਖ ਰੁਪਏ ਦਵਾਇਆ ਇੱਕ ਵਾਰੀ 20 ਲੱਖ ਰੁਪਏ ਦਵਾਇਆ ਆ ਹੁਣ ਕਹਿੰਦੇ 50 ਲੱਖ ਰੁਪਏ ਦਿੱਤਾ ਪਰ ਜੇ ਇੰਨੇ ਪੈਸੇ ਦੇਣ ਦੇ ਬਾਵਜੂਦ ਅੱਧੀ ਬਣਾ ਗਏ ਅੱਧੀ ਛੱਡ ਗਏ ਲੋਕ ਰੋਜ਼ ਡਿੱਗਦੇ ਨੇ ਲੋਕ ਮੈਨੂੰ ਜਵਾਬ ਨਹੀਂ ਦੇ ਹੁੰਦਾ ਹਾਰ ਕੇ ਮੈਂ ਜਨਤਾ ਕਰਕੇ ਮੇਅਰ ਸਾਹਿਬ ਦੇ ਚਰਨਾਂ 'ਚ ਪੈ ਗਿਆ ਕਿ ਮੇਰਾ ਨੂੰ ਮੇਰੀ ਸੜਕ ਛੱਡ ਦਿਓ ਪਰ ਲੋਕਾਂ ਦਾ ਕੀ ਕਸੂਰ ਆ ਆਮ ਜਨਤਾ ਦਾ ਕੀ ਕਸੂਰ ਆ ਵੀ ਆਪਾਂ ਪੋਲੀਟੀਕਲ ਰੰਜਿਸ਼ ਕਰਦੇ ਹਾਂ। ਜਦੋਂ ਬਣਿਆ ਸੀ ਜੀ ਉਦੋਂ ਬਣੀ ਨਹੀਂ ਸੀਗੀ ਉਹਦੇ ਬਾਅਦ ਜ਼ੋਰ ਜ਼ੋਰ ਲਾ ਕੇ ਆਪਾਂ ਧਰਨੇ ਪ੍ਰਦਰਸ਼ਨ ਕਰਕੇ ਬਣਾ ਲਈ ਜਦੋਂ ਅੱਧੀ ਬਣਾਈ ਮੰਜਾ ਬਿਸਤਰਾ ਲੈ ਕੇ ਗਿਆ ਸੀ ਅੱਧੀ ਬਣਾ ਦਿੱਤੀ ਉਹਦੇ ਬਾਅਦ ਫਿਰ ਪਤਾ ਨਹੀਂ ਕੀ ਪ੍ਰੈਸ਼ਰ ਆਇਆ ਪਿੱਛੋਂ ਫਿਰ ਅੱਧੀ ਸੜਕ ਰੋਕ ਦਿੱਤੀ ਬਾਕੀ ਵਾਰਡਾਂ ਦੇ ਵਿੱਚ ਕੰਮ ਸ਼ੁਰੂ ਹੋ ਗਏ ਤਾਂ ਫਿਰ ਮੈਂ ਅੱਜ ਘੱਟੋ ਘੱਟ 100 ਚੱਕਰ ਮੈਂ ਫਿਰ ਲਾ ਬੈਠਾ 3-4 ਵਾਰੀ ਹਰ ਵਾਰੀ ਮਿੱਠੀ ਗੋਲੀ ਦੇ ਦਿੰਦੇ ਅੱਜ ਮੈਂ ਹਾਰ ਕੇ ਮੇਰੇ ਕੋਲ ਹੱਲ ਹੀ ਨਹੀਂ ਸੀ ਮੈਂ ਦੁਖੀ ਬੜਾ ਸੀ ਤਾਂ ਮੈਂ ਮੇਅਰ ਸਾਹਿਬ ਦੇ ਚਰਨਾਂ 'ਚ ਹੀ ਪੈ ਗਿਆ ਸੁਣੀ ਕੀ ਜਾਣੀ ਜੀ ਉਹਨਾਂ ਦੇ ਬੰਦੇ ਉੱਥੇ ਦਵਾਕੇ ਮਾਰਨ ਲੱਗ ਪਏ ਮੇਰਾ ਭਰਾ ਸੀ ਮੋਹਿਤ ਸਿੱਕਾ ਇਹ ਮੂਵੀ ਬਣਾ ਰਿਹਾ ਸੀਗਾ ਇਹਦਾ ਫੋਨ ਖੋਹਣ ਦੀ ਕੋਸ਼ਿਸ਼ ਕਰੀ ਗਈ ਔਰ ਤੋੜਨ ਦੀ ਕੋਸ਼ਿਸ਼ ਕਰੀ ਗਈ ਮੈਂ ਉਹਨਾਂ ਨੂੰ ਕਿਹਾ ਵੀ ਹੈ ਕਿ ਸਾਨੂੰ ਕੁੱਟਣਾ ਕੁੱਟ ਲਓ ਅਸੀਂ ਜਨਤਾ ਵਿੱਚ ਕੁੱਟ ਵੀ ਖਾਣ ਨੂੰ ਤਿਆਰ ਹਾਂ ਪਰ ਜਿਹੜੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਅਸੀਂ ਸੰਘਰਸ਼ ਕਰਾਂਗੇ ਇਹ ਸੜਕ ਦੇ ਨਾਲ ਨਾਲ ਆਪਾਂ ਬਾਕੀ ਵੀ ਡਿਵੈਲਪਮੈਂਟ ਕਰਾਂਗੇ ਜਿਹੜਾ 1.5 ਕਰੋੜ ਰੁਪਏ ਸਾਡਾ ਕੋਟੇ ਦਾ ਆਉਣ ਵਾਲੇ ਦਿਨਾਂ 'ਚ ਉਹਦਾ ਵੀ ਹਿਸਾਬ ਲਵਾਂਗੇ ਵੀ 1.5 ਕਰੋੜ ਰੁਪਈਆ ਕਿੱਥੇ 1 ਰੁਪਈਆ ਜੀ ਨਹੀਂ ਮਿਲਿਆ ਇਵਨ ਬੰਦੇ ਹੈ ਨਹੀਂ ਸੀਵਰੇਜ ਦੇ 2-3 ਵਾਰੀ ਆਪ ਸੋਟੀ ਫੜ ਕੇ ਮਾਰੀ ਜੀ ਗਟਰਾਂ ਦੇ ਵਿੱਚ ਜਾ ਕੇ ਭਾਈ ਰੋਡ ਤਾਂ ਬਹੁਤ ਮਾੜਾ ਬਾਈ ਬਹੁਤ ਜ਼ਿਆਦਾ ਪੂਰਾ ਬੁਲਾ ਜਿੰਨਾ ਵੀ ਰੋਡ ਆ ਪਿੱਛੋਂ ਦੀ ਆ ਰਹੇ ਆ ਉਹ ਕਿਹੜਾ ਚੌਂਕ ਆ ਇਹ ਪੂਰਾ ਰੋਡ ਬਾਈ ਇੰਨਾ ਬੇਕਾਰ ਆ ਸਾਨੂੰ ਬਹੁਤ ਤਕਲੀਫ ਹੁੰਦੀ ਆ ਅਸੀਂ ਰੋਡ ਡੇਲੀ ਆਉਂਦੇ ਰੋਡ 'ਤੇ ਕੈਬ ਚਲਾਉਂਦੇ ਆ ਅਤੇ ਇੰਨਾ ਮਾੜਾ ਹਾਲ ਆ ਰੋਡ ਦਾ ਅਤੇ ਬਹੁਤ ਜ਼ਿਆਦਾ ਤੰਗੀ ਹੁੰਦੀ ਆ ਸਾਨੂੰ ਕਾਫੀ ਦੇਰ ਹੋ ਗਈ ਸਰ ਇਹ ਤਾਂ ਬਹੁਤ ਬੁਰੀ ਸਿਚੁਏਸ਼ਨ ਹੈਗੀ ਇਹ ਆਪਣੇ ਇਸ ਮੁਹੱਲੇ ਦੀ ਕਿਉਂਕਿ ਇਹ ਅੱਧੀ ਇਹਨਾਂ ਨੇ ਸੜਕ ਬਣਾ ਕੇ ਹੋਰ ਪਰੇਸ਼ਾਨੀ ਵਧਾਤੀ ਹੈ ਆਮ ਆਦਮੀ ਦਾ ਪੈਸਾ ਜਿਹੜਾ ਹੈ ਉਹ ਬਰਬਾਦ ਕੀਤਾ ਹੈਗਾ ਜਦੋਂ ਅੱਜੇ ਸੜਕ ਦੁਬਾਰਾ ਬਣਾਉਣਗੇ ਨਾ ਉਦੋਂ ਫਿਰ ਇੱਧਰਲੀ ਸੜਕ ਦਾ ਵੀ ਫਿਰ ਬੇੜਾ ਗਰਕ ਹੋ ਜਾਏਗਾ ਇੱਥੋਂ ਸਾਨੂੰ ਆਉਂਦੇ ਜਾਂਦੇ ਰੋਜ਼ ਪਰੇਸ਼ਾਨੀ ਹੁੰਦੀ ਹੈ ਸਰਕਾਰ ਨੂੰ ਇਹੀ ਮੈਸੇਜ ਦਵਾਂਗੇ ਜੀ ਜੇ ਸਾਡੇ ਤੋਂ ਤੁਸੀਂ ਟੈਕਸ ਲੈਣੇ ਹੋ ਤਾਂ ਜਿਹੜੀ ਬੇਸਿਕ ਫੈਸਿਲਿਟੀ ਹੈ ਉਹ ਤਾਂ ਸਾਨੂੰ ਪੂਰੀ ਦੇ ਦਿਓ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਜੀ ਪਰੇਸ਼ਾਨੀ ਸਾਡੀ ਸੜਕ ਟੁੱਟੀ ਪਈ ਹੈ ਜਿਹਨੇ ਤੁਸੀਂ ਇੱਧਰ ਨੂੰ ਸਵਾਰੀ ਲੈ ਕੇ ਗੇੜਾ ਲੈ ਕੇ ਉਹਨੂੰ ਗੱਲ ਨਹੀਂ ਕਰਦਾ ਹਾਲ ਤਾਂ ਬਹੁਤ ਬੁਰਾ ਹਾਲ ਦਾ ਰੋਡ ਤੇ ਬਹੁਤ ਜ਼ਿਆਦਾ ਹਾਲ ਅਗਰ ਜੀ ਇੰਨਾ ਕਾ ਹੋਇਆ ਹੁੰਦਾ ਨਾ ਇਸ ਦਾ ਹੁੰਦਾ ਨਾ ਬਹੁਤ ਬੁਰਾ ਹਾਲ ਇਹਦਾ ਪਰੇਸ਼ਾਨੀ ਤਾਂ ਬਹੁਤ ਆ ਰਹੀ ਹੈ ਜਦ ਬਾਰਿਸ਼ ਹੁੰਦੀ ਹੈ ਤਾਂ ਬਾਰਿਸ਼ ਸੇ ਪੁੱਛੋ ਮਤਲਬ ਲੋਕ ਵੀ ਪਰੇਸ਼ਾਨ ਹੋਤੇ ਹੈ ਹਮ ਵੀ ਪਰੇਸ਼ਾਨ ਹੋਤੇ ਹੈ ਉਲਟਾ ਟਾਈਮ ਖਰਾਬ ਹੈ।